ਮਲਾਈ ਦੇ ਨਾਲ ਸਵੇਰੇ ਸਵੇਰੇ ਇਹ ਨੇ ਚਿਕੰਦਰ ਦੇ ਪਰੌਂਠੇ, ਜਿਹਨੂੰ ਕਿ ਆਪਾਂ ਇੰਗਲਿਸ਼ ਵਿੱਚ ਬੀਟ ਰੂਟ ਵੀ ਕਹਿੰਦੇ ਹਾਂ। ਬੀਟ ਰੂਟ ਯਾਨੀ ਕਿ ਚਿਕੰਦਰ ਦੇ ਪਰੌਂਠੇ। ਦੋਸਤੋ, ਅੱਜ ਮੈਂ ਸਵੇਰੇ ਉੱਠ ਕੇ ਜਦੋਂ ਕਿਚਨ ਵਿੱਚ ਪਾਣੀ ਪੀਣ ਗਿਆ ਤਾਂ ਮੇਰੇ ਜਾਂਦਿਆਂ ਨੂੰ ਇਹ ਚਿਕੰਦਰ ਦੇ ਪਰੌਂਠੇ ਮੰਮੀ ਨੇ ਤਿਆਰ ਕਰਕੇ ਰੱਖੇ ਹੋਏ ਸੀਗੇ। ਇਹਦੇ ਵਿੱਚ ਚਿਕੰਦਰ ਹੈ, ਪਿਆਜ਼ ਹੈ ਅਤੇ ਥੋੜ੍ਹਾ ਬਹੁਤਾ ਧਨੀਆ ਹੈ। ਅਤੇ ਆਪਾਂ ਥੋੜ੍ਹੀ ਜਿਹੀ ਇਹਦੇ ਵਿੱਚ ਹੁਣ ਅਜਵਾਇਣ ਪਾ ਦਿੱਤੀ ਹੈ। ਦੋਸਤੇ, ਮੇਰੇ ਬੜੇ ਹੀ ਫੇਵਰੇਟ ਪਰਾਂਠੇ ਨੇ, ਤਾਂ ਮੈਂ ਸੋਚਿਆ ਕਿ ਇਹਦੇ ਨਾਲ ਹੁਣ ਆਪਾਂ ਵੀਡੀਓ ਵੀ ਬਣਾ ਲੈਂਦੇ ਹਾਂ, ਨਾਲੇ ਤੁਹਾਨੂੰ ਦਿਖਾ ਦਾਂਗੇ। ਇਹ ਥੋੜ੍ਹਾ ਜਿਹਾ ਮਸਾਲਾ ਪਾਇਆ ਜੀ, ਜਿਹਨੂੰ ਗਰਮ ਮਸਾਲਾ ਕਹਿੰਦੇ ਹਾਂ ਆਪਾਂ। ਦੋਸਤੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਜ਼ਰੂਰ ਸਬਸਕ੍ਰਾਈਬ ਕਰਨਾ। ਔਰ ਇਹ ਨਮਕ ਪਾਇਆ ਜੀ ਸਵਾਦ ਅਨੁਸਾਰ, ਜਿੰਨਾ ਕੁ ਤੁਸੀਂ ਨਮਕ ਪਸੰਦ ਕਰਦੇ ਹੋ ਜਾਂ ਖਾਣਾ ਪਸੰਦ ਕਰਦੇ ਹੋ ਉਨਾ ਕੁ ਨਮਕ ਪਾਇਆ ਹੈ ਜੀ। ਸੇਂਦਾ ਨਮਕ ਹੋਵੇ, ਪਿੰਕ ਸਾਲਟ ਹੋਵੇ ਤਾਂ ਜ਼ਿਆਦਾ ਵਧੀਆ ਹੈ। ਔਰ ਇਹ ਸੁੱਕਾ ਧਨੀਆ। ਇਹ ਦੋਸਤੋ ਸਾਡੇ ਪਰਾਂਠੇ ਹੋਣ ਲੱਗ ਗਏ ਨੇ ਤਿਆਰ। ਦੋਸਤੋ, ਇਹ ਰੈਡਿਸ਼ ਪਰਾਂਠੇ, ਵੈਸੇ ਵੀ ਲਾਲ ਕਲਰ ਦੇ ਪਰਾਂਠੇ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਨੇ, ਇਹਦਾ ਖਾਣ ਦਾ ਵੀ ਬਹੁਤ ਫਾਇਦੇ ਨੇ ਜੀ। ਬੀਟ ਰੂਟ ਜਿਹੜੀ ਜਿਹਨੂੰ ਚੁਕੰਦਰ ਕਹਿੰਦੇ ਹਾਂ, ਇਹਦੇ ਬਹੁਤ ਜ਼ਿਆਦਾ ਫਾਇਦੇ ਨੇ। ਇਹਦੇ ਵਿੱਚ ਇੱਕ ਵਿਟਾਮਿਨ ਹੁੰਦਾ ਹੈ B12, ਜੋ ਕਿ ਸਾਡੇ ਸਿਹਤ ਲਈ ਬਹੁਤ ਹੀ ਵਧੀਆ ਹੁੰਦਾ ਹੈ। ਲਓ ਜੀ, ਮੇਰਾ ਪਰਾਂਠਾ ਹੋ ਰਿਹਾ ਹੈ ਤਿਆਰ। ਦੋਸਤੋ, ਪੰਜਾਬੀਆਂ ਨੂੰ ਪਰਾਂਠੇ ਵੈਸੇ ਹੀ ਬਹੁਤ ਪਸੰਦ ਨੇ, ਕਿਸੇ ਨੂੰ ਆਲੂ ਵਾਲਾ ਪਰਾਂਠਾ, ਕਿਸੇ ਨੂੰ ਗੋਭੀ ਵਾਲਾ ਪਰਾਂਠਾ, ਪਰ ਜੋ ਮੇਰਾ ਫੇਵਰੇਟ ਪਰਾਂਠਾ ਹੈ ਉਹ ਇਹ ਚਿਕੰਦਰ ਵਾਲਾ ਰੈੱਡ ਪਰਾਂਠਾ ਹੈ, ਕਿਉਂਕਿ ਛੋਟੇ ਹੁੰਦਿਆਂ ਮੈਨੂੰ ਰੈੱਡ ਕਲਰ ਬਹੁਤ ਪਸੰਦ ਸੀਗਾ ਅਤੇ ਉਦੋਂ ਦਾ ਹੀ ਮਤਲਬ ਇਹ ਰੈੱਡ ਕਲਰ ਦਾ ਪਰਾਂਠਾ ਜਿਹੜਾ ਹੈ, ਲਾਲ ਪਰਾਂਠਾ, ਇਹ ਮੇਰਾ ਫੇਵਰੇਟ ਪਰਾਂਠਾ ਬਣ ਗਿਆ। ਛੋਟੇ ਹੁੰਦੇ ਤੋਂ ਹੀ ਮੈਂ ਬਹੁਤ ਪਸੰਦ ਕਰਦਾ ਇਸ ਪਰਾਂਠੇ ਨੂੰ, ਮੈਂ ਸਕੂਲੇ ਵੀ ਡੇਲੀ ਲਗਭਗ ਲੈ ਕੇ ਜਾਂਦਾ ਰਿਹਾ ਇਹ ਪਰਾਂਠਾ। ਦੋਸਤੋ, ਲੋਕਡਾਊਨ ਦੇ ਵਿੱਚ ਘਰ ਰਹਿ ਕੇ ਬਹੁਤ ਜ਼ਿਆਦਾ ਵੇਟ ਗੇਨ ਹੋ ਗਿਆ ਸੀ ਮੇਰਾ, ਇਸ ਕਰਕੇ ਹੁਣ ਮੈਂ ਥੋੜ੍ਹਾ ਜਿਹਾ ਆਪਣਾ ਆਇਲ ਘਟਾਇਆ ਵਾ ਅਤੇ ਪਰਾਂਠੇ 'ਤੇ ਥੋੜ੍ਹਾ ਹੀ ਆਇਲ ਲਗਾਇਆ ਹੈ। ਤੁਸੀਂ ਆਪਣਾ ਆਇਲ ਵੱਧ ਲਗਾ ਕੇ ਬਣਾ ਸਕਦੇ ਹੋ, ਕਿਉਂਕਿ ਆਇਲ ਨਾਲ ਹੀ ਪਰਾਂਠਾ ਜਿਹੜਾ ਹੈ ਉਹ ਟੇਸਟ ਲੱਗਦਾ ਹੈ। ਤਾਂ ਦੋਸਤੋ, ਮੇਰਾ ਪਰਾਂਠਾ ਹੋ ਗਿਆ ਹੈ ਤਿਆਰ, ਹੁਣ ਇਹਨੂੰ ਮੈਂ ਮਲਾਈ ਦੇ ਨਾਲ ਅਤੇ ਚਾਹ ਦੇ ਨਾਲ ਖਾਵਾਂਗਾ। ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ।